ਬਾਕੀ ਮੇਰੇ ਕਹਿਣ ਦਾ ਮਤਲਬ ਹੈ, ਸਾਡੇ ਨਾਲ ਬਹੁਤ ਧੱਕੇਸ਼ਾਹੀਆਂ ਹੋ ਰਹੀਆਂ, ਬਹੁਤ ਜ਼ਿਆਦਾ ਜ਼ੁਲਮ ਹੋ ਰਹੇ ਆ। ਜੇ ਮੇਰਾ ਪਰਸੋਂ ਦਾ ਮੇਰੇ ਬੇਟੇ ਦਾ ਕਤਲ ਹੋਇਆ, ਜੋਧਵੀਰ ਦਾ ਮੇਰੇ ਪਰਸੋਂ ਦਾ ਕਤਲ ਹੋਇਆ। ਪਹਿਲਾਂ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਵੀ ਤੂੰ ਇੱਥੇ ਐਪਲੀਕੇਸ਼ਨ ਲਿਖਾ, ਪਰਚਾ ਕਰਵਾ, ਅਸੀਂ ਸਵੇਰੇ 9 ਵਜੇ ਤੱਕ ਇਹਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੈਨੂੰ। ਚਲੋ ਆਪਾਂ ਉੱਥੇ ਪਰਚਾ ਕਰਵਾਤਾ, ਸਵੇਰ ਦੇ 9 ਵਜੇ ਗਏ, ਫਿਰ ਇਹਨਾਂ ਗੋਂਗਲੂ ਦੀ ਮਿੱਟੀ ਝਾੜਤੀ, ਨਹੀਂ ਉਹਨਾਂ ਦੇ ਫੜੇ ਨਹੀਂ ਗਏ, ਘਰ ਨਹੀਂ ਲੱਭਣ ਡੇ, ਉਹਦਾ ਲੱਗੇਸਨ ਨਹੀਂ ਲੱਗਣ ਡਈ, ਲੱਗੇਸਨ ਉਹਦੀ ਨਹੀਂ ਲੱਭਣ ਡਈ। ਮੈਂ ਇੱਥੇ ਕਿਸੇ ਬੰਦੇ ਥੱਪੜ ਮਾਰਦਾ, ਮੈਂ ਫੋਨ ਬੰਦ ਕਰ ਲੈਣਾ, ਮੇਰੀ ਲੱਗੇਸਨ ਬੰਦ ਹੋ ਜਾਣੀ ਹੈ, ਮੇਰੇ ਘਰ ਦਾ ਮੇਰੇ ਕੋਲ ਪਰਿਵਾਰ ਚੁੱਕਣਗੇ, ਫਿਰ ਮੈਂ ਫੜੇ ਜਾਣਾ। ਉਹਦੀ ਮਾਂ ਚੁੱਕਣ, ਉਹਦੀ ਭੈਣ ਚੁੱਕਣ, ਉਹਦਾ ਭਰਾ ਚੁੱਕਣ, ਉਹਦਾ ਪਿਓ ਚੁੱਕਣ, ਆਪਣੇ ਆਪ ਬੰਦਾ ਗ੍ਰਿਫਤਾਰ ਹੋਏਗਾ, ਕਿਉਂ ਨਹੀਂ ਗ੍ਰਿਫਤਾਰ ਹੁੰਦਾ? ਨਹੀਂ ਤਾਂ ਮੈਨੂੰ 10-20 ਮਿੰਟਾਂ ਦਾ ਟਾਈਮ ਦੇਣ, ਬੰਦੇ ਦਾ ਬੰਦਾ ਮੈਂ ਮਾਰ ਦਿੰਦਾ, ਨਾ ਮੈਂ ਪਰਚਾ ਉਹਨਾਂ ਦਾ ਕਰਾਉਂਦਾ ਅਤੇ ਨਾ ਮੇਰੇ 'ਤੇ ਹੋਏ। ਬਸ ਮੇਰੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਇਨਸਾਫ ਮਿਲਣਾ ਚਾਹੀਦਾ, ਨਹੀਂ ਤਾਂ ਮੈਨੂੰ ਇੰਨਾ ਟਾਈਮ ਦੇ ਦਿਓ। ਇਹਦੇ ਵਿੱਚ ਜੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਰੇਡ ਵੀ ਕਰ ਰਹੀ ਹੈ, ਜਿੱਥੇ ਜਿੱਥੇ ਪਤਾ ਇਨਫੋਰਮੇਸ਼ਨ ਮਿਲ ਰਹੀ ਆ, ਉਹਨਾਂ ਦੇ ਫੋਨ ਦੀਆਂ ਲੋਕੇਸ਼ਨਾਂ ਵੀ ਲੈ ਰਹੀ ਆ, ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਪੁਲਿਸ ਰੇਡ ਕਰ ਰਹੀ ਹੈ, ਤਫਤੀਸ਼ ਕਰ ਰਹੀ ਆ। ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਸ ਕੰਮ 'ਚ ਨਾ ਪਾਓ, ਪੁਲਿਸ ਨੂੰ ਆਪਣਾ ਕੰਮ ਕਰਨ ਦਿਓ। ਕਦੋਂ ਤੱਕ ਲੱਗਦਾ ਜੀ? ਵੇਖੋ ਜੀ, ਅਸੀਂ ਲੱਗੇ ਹਾਂ, ਲੋਕੇਸ਼ਨਾਂ ਵੀ ਲੈ ਰਹੇ ਹਾਂ, ਹਰ ਕੰਮ ਜਿਹੜਾ ਪੁਲਿਸ ਦਾ ਤਫਤੀਸ਼ ਆ ਉਹ ਚੱਲ ਰਹੀ ਆ, ਉਹਨੂੰ ਭਾਵੇਂ ਸਵੇਰੇ ਫੜਿਆ ਜਾਵੇ ਅਤੇ ਭਾਵੇਂ 4 ਦਿਨ ਲੱਗ ਜਾਣ, ਹਾਂ ਚੱਲ ਰਹੀ ਹੈ ਜੀ ਲੀਟਰ। ਨਹੀਂ ਜੀ, ਇਹ ਤਾਂ ਫਿਰ ਇਹਨਾਂ ਦੀ ਬੇਵਕੂਫੀ ਹੈ ਜੀ, ਜੇ ਲੰਬੇ ਸਮੇਂ ਤੱਕ ਲਾਉਂਦੇ ਆ ਤਾਂ ਅੱਜ ਦੇ ਇਹਨਾਂ ਨਾਲ ਆ। ਔਰ ਸਾਡੀ ਮਾਤਾ ਹਰਜੀਤ ਕੌਰ 1.5 ਮਹੀਨਾ ਕਰੀਬ ਹੋ ਗਿਆ ਜੀ, ਉਹਨਾਂ ਨੂੰ ਮਤਲਬ ਟਰੈਕਟਰ ਚਾੜ ਕੇ ਮਤਲਬ ਜਨਰਲ ਕਾਸਟ ਦੇ ਲੋਕ ਸੀ ਜਿਨ੍ਹਾਂ ਨੇ ਸਾਡੀ ਮਾਤਾ ਦੀ ਡੈਥ ਕਰਤੀ, ਬ੍ਰਦਰ ਸਾਡੇ ਦੀਆਂ ਹਲਤਾਂ ਤੋੜਤੀਆਂ ਜੀ। ਔਰ ਸਾਨੂੰ 1.5 ਮਹੀਨਾ ਆ ਗਿਆ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ, ਅਸੀਂ ਬੜੇ ਧੱਕੇ ਖਾਧੇ, ਕਦੀ ਡਿਪਟੀ ਕੋਈ ਚੱਲਦੇ, ਕਦੀ SHO, ਕਦੀ SSP ਕੋ, ਮਤਲਬ ਸਾਨੂੰ ਇੱਦਾਂ ਹੀ ਵਰਝਾ ਰਹੇ ਨੇ, ਸਾਡੀ ਕਿਤੇ ਸੁਣਵਾਈ ਨਹੀਂ ਕੀਤੀ। ਔਰ ਕਦੇ ਸਾਨੂੰ ਅਸੀਂ SC ਐਕਟ ਦੀ ਮੰਗ ਕਰਦੇ, ਸਾਡੀ ਅਸੀਂ ਉਹ ਜਨਰਲ ਕਾਸਟ ਆ, ਸਾਡੀ SC ਕਾਸਟ ਆ, ਅਤੇ ਸਾਡੇ ਨਾਲ ਵੇਖੋ ਕਦੀ ਕਿਤੇ ਗੋਲੀਆਂ ਮਾਰ ਕੇ ਮਾਰਦਾ, ਕੋਈ ਟਰੈਕਟਰ ਚਾੜ ਕੇ ਮਾਰਦਾ, ਅਸੀਂ ਕਿੱਥੇ ਜਾਈਏ? ਅਸੀਂ ਕਿਤੇ ਅੱਗੇ ਮੰਗ ਕਰੀਏ? ਸਰਕਾਰ ਅੱਗੇ ਮੰਗ ਕਰੀਏ? ਪੁਲਿਸ ਅੱਗੇ ਮੰਗ ਕਿਤੇ? ਕਿਹਦੀ ਕੋਈ ਮੰਗਾਂ ਮੰਗੀਏ ਦੱਸੋ? ਸਾਡੀ ਇਹੀ ਮੰਗ ਹੈ ਬੰਦੇ ਗ੍ਰਿਫਤਾਰ ਕੀਤੇ ਜਾਣ, ਅਤੇ ਔਰ ਸਾਨੂੰ SC ਐਕਟ ਸਾਡਾ ਜਿਹੜਾ ਲੱਗੇ, ਜਿਹੜਾ ਸਾਡੀਆਂ ਬਾਂਦੀਆਂ ਧਾਰਾਂ ਲਗਵਾਈਆਂ ਜਾਣ। ਜੇ ਨਹੀਂ ਤਾਂ ਆਪਾਂ ਭਾਵੇਂ 10-20 ਦਿਨ ਧਰਨਾ ਦੇਣਾ, ਭਾਅ ਇੱਥੇ ਹੀ ਆ, ਇੱਥੇ ਲੰਗਰ ਪੱਕਣਗੇ, ਇੱਥੇ ਸਾਰਾ ਕੁਛ ਹੋਏਗਾ ਸਾਡਾ। ਔਰ ਸਾਡੇ ਜਿਹੜੇ ਕਹਿੰਦੇ DA ਸਾਹਿਬ ਨੇ ਕਰਨਾ ਜੀ, DA ਸਾਹਿਬ ਨੇ ਵੀ ਕਰਤਾ ਸਾਰਾ ਕੁਛ, ਕਹਿੰਦੇ ਇਹਦੀਆਂ ਲੱਗਦੀਆਂ ਧਾਰਾਂ ਲਓ। ਔਰ ਇਹ ਸਾਡਾ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਸਹਾਇਤਾ ਨਹੀਂ ਕਰਦੀ, ਸਾਨੂੰ ਇਹ ਕੀ ਸਮਝਦੇ ਨੇ ਕਿ ਅਸੀਂ ਇਨਸਾਨ ਨਹੀਂ ਹੈਗੇ? DA ਸਾਹਿਬ ਨੇ ਸਾਰਾ ਕੁਛ ਕਹਿਤਾ ਵੀ ਇਹਨਾਂ ਦੀ ਜਿਹੜੀ ਬਾਂਦੀਆਂ ਧਾਰਾਂ ਲਓ। ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਆ? DSP ਜਿਹੜੇ ਆਪਣੇ ਡੇਰਾ ਬਾਬਾ ਨਾਨਕ ਉਹ ਵੀ ਨਹੀਂ ਸਾਡੀ ਸੁਣਦੇ, ਕਦੀ ਕਹਿੰਦੇ SSP ਕੋ ਚੱਲ ਜਾਓ, ਕਦੀ ਤੁਸੀਂ ਉੱਥੇ SHO ਕੋ ਚੱਲ ਜਾਓ, ਅਸੀਂ ਸ਼ਦਾਈ ਹਾਂ, ਅਸੀਂ ਇਨਸਾਨ ਨਹੀਂ ਹੈਗੇ? ਅਸੀਂ SC ਐਕਟ ਜਿਹੜੀਆਂ ਧਾਰਾਂ ਸਾਡੀਆਂ ਬਾਂਦੀਆਂ ਧਾਰਾਂ ਉਹ ਲਈਆਂ ਜਾਣ ਜੀ, ਅਜੇ ਕੋਈ ਧਾਰਾ ਨਹੀਂ ਸਾਡੀਆਂ ਲੱਗੀਆਂ ਜੀ। ਸਾਨੂੰ 1.5 ਮਹੀਨਾ ਹੋ ਗਿਆ ਜੀ, ਅਸੀਂ ਮੰਗ ਕਰ ਰਹੇ ਹਾਂ, ਸਾਡੀ ਸੁਣਵਾਈ ਹੋਏ, ਸਾਨੂੰ ਧੱਕੇ ਮਾਰਦੇ, ਕਦੀ ਉੱਧਰ ਡਿਪਟੀ ਸਾਹਿਬ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੀ, ਉੱਧਰ ਭੱਜੋ, ਉੱਧਰ ਭੱਜੋ ਨਾ ਜੀ, ਬੰਦੇ ਦੀ ਕਿਆ ਗ੍ਰਿਫਤਾਰੀ? ਬੰਦੇ ਬਾਹਰੋਂ ਬਾਹਰ ਜ਼ਮਾਨਤਾਂ 302 ਦੀਆਂ ਜ਼ਮਾਨਤਾਂ ਕਿੱਦਾਂ ਹੋ ਰਹੀਆਂ ਜੀ?
ਇਹਨਾਂ ਢਿੱਲ ਦਿੱਤੀ ਆ, ਬੰਦੇ ਫੜੇ ਆ ਨਾ ਜੀ, ਬੰਦੇ ਫੜ ਕੇ ਛੱਡੇ ਆ, ਬੰਦੇ ਫੜੇ ਆ, ਜਿੱਦਣ ਹੀ ਸੰਸਕਾਰ ਕੀਤਾ ਹੋਵੇ ਨਾ ਉੱਧਰ ਬੰਦੇ ਛੱਡਦੇ ਆ ਜੀ, ਕਿਉਂ ਛੱਡੇ ਆ ਬੰਦੇ ਜੀ, ਬੰਦੇ ਹੀ ਗ੍ਰਿਫਤਾਰ ਕਰਾਇਆ, ਬੰਦੇ ਅਜੀਤ ਸਿੰਘ ਨੂੰ ਫੜਾਇਆ, ਬੰਦਾ ਸੰਤੋਖ ਸਿੰਘ ਨੂੰ ਫੜਾਇਆ, ਉਹ ਇਹਨਾਂ ਛੱਡਿਆ ਜੀ, ਐਸ ਐਚ ਓ ਕੁਲਵਿੰਦਰ ਸਿੰਘ ਨੇ ਛੱਡਿਆ, ਕਿਉਂ ਛੱਡਿਆ ਜੀ ਇਹ, ਸਾਨੂੰ ਇਹੋ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਹਾਂ, ਇਹੋ ਤੁਹਾਡੇ ਨਾਲ ਹਾਂ, ਬਸ ਆਓ ਜੀ ਬੈਠੋ ਜੀ, ਬੰਦੇ ਹੀ ਫੜ ਲੈਂਦੇ, ਇਹੋ ਕੁਛ ਕਰਦੇ ਰਹੇ ਆ, ਅਸੀਂ ਉਹਨਾਂ ਦੇ ਭਰੋਸੇ ਰਹੇ ਹਾਂ ਵੀ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ, ਸਾਨੂੰ ਬਸ ਇੱਦਾਂ ਧੱਕਿਆਂ ਤੋੜ ਜਾਈ, ਸੜਕਾਂ ਦੇ ਧੱਕੇ ਬਸ ਰੁਲਦੇ ਪਏ ਆ, ਕੱਲ੍ਹ ਵੀ ਸਾਡਾ ਪਰਸੋਂ ਮੁੰਡਾ ਮਰਿਆ, ਉਹ ਵੀ ਬਸ ਇੱਦਾਂ ਹੀ, ਬਸ ਅਸੀਂ ਇਹਨੇ ਜੋ ਕਿ ਸਾਡੀ ਅਸੀਂ ਵੋਟਾਂ ਦੇ ਮਾਲਕ ਹਾਂ, ਸਾਡੇ ਨਾਲ ਸਾਡੇ ਜਥੇਬੰਦੀਆਂ ਸਾਡੇ ਨਾਲ ਆ, ਸਾਨੂੰ ਭਾਵੇਂ 20 ਦਿਨ ਇੱਥੇ ਖਰਾਬ ਕਰ ਰਹਿਣਾ ਪਏ, ਅਸੀਂ ਇੱਥੇ ਨਾਲ ਆ, ਸਾਡਾ 10 ਦਿਨ 20 ਦਿਨ ਮਹੀਨਾ ਵੀ ਰਹਿ ਸਕਦਾ ਸਾਡਾ ਧਰਨਾ ਜਾਰੀ, ਜਿੰਨਾ ਦੇ ਸਾਡੇ ਬੰਦੇ ਰੈਸਟ ਨਹੀਂ ਹੁੰਦੇ, ਅਸੀਂ ਧਰਨਾ ਜਾਰੀ ਰੱਖਾਂਗੇ ਜੀ।